ਲੱਗਿਆ, ਮਗਰ ਪਹਿਲੇ ਸਰਕਾਰ ਦੇ ਟਾਈਮ ਸਾਰੇ ਕੰਮ ਚਿੱਟਾ ਵੇਚਿਆ, ਚਿੱਟਾ ਲੈਂਦਾ ਉਹ ਸਾਡੇ ਬੱਚਿਆਂ ਨੂੰ ਹੋਰ ਬੇਰੁਜ਼ਗਾਰ ਕੀਤਾ। ਬਾਕੀ ਗੱਲਾਂ ਤੇ ਮੇਰੀ ਹੈ ਕਿ ਸਾਡੇ ਚ ਪਿੰਡ ਸਾਰੇ ਗਰੀਬ ਪਿੰਡ ਹੈ ਕਿ ਐਸਾ ਜਾਣਗੇ ਕੋਈ ਐਸਾ ਇੱਕ ਰਕੇਸ਼ ਜੀ ਉਹਦੇ ਕੰਨੇ ਮਾਸਟਰ ਜੀ ਬਾਕੀ ਅੱਜ ਦੀ ਸਾਰੀ ਟੀਮ ਔਰ ਮਾਤਰ ਸਿੰਘ ਵੀਰ ਭਰਾ ਗਲੀ ਚ ਖਰੋਤੇ ਨੇ ਦਾਇਰ ਖਰੋਤੇ ਦਾ ਉਹਦਾ ਪਿੰਡ ਚ ਅਸੀਂ ਵੈਲਕਮ ਕਰਨੇ ਆ ਔਰ ਤਹਿ ਦਿਲ ਕੰਨੇ ਬੈਠੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਕਾਂਗਰਸ ਕੀ ਅੱਜ ਤੱਕ ਕਾਂਗਰਸ ਕੀ ਪਏ ਔਰ ਪੰਦਰ ਵੀ ਰਹਿਣਗੇ 223 ਵੋਟ ਜਿਹੜੇ ਕਾਂਗਰਸ ਕੀ ਪਏ ਆ ਮਗਰ ਚੌਧਰੀ ਰਕੇਸ਼ ਹੁੰਦੇ ਆਉਣੇ ਕਾਰ 470 ਤੇ ਕਿਹਾ ਮੈਂ ਪੱਤਰ ਪਾ ਕੇ ਅਸ ਵੋਟ ਪੂਰੇ ਕਾਂਗਰਸ ਕੀ ਵੋਟ ਪਾ ਕੇ ਬਾਕੀ ਅੱਜ ਤੱਕ ਜਿੰਨਾ ਵੀ ਕੋਈ ਕੰਮ ਹੋਇਆ ਸਾਡੇ ਇਲਾਕੇ ਚ ਸਾਡੇ ਪਿੰਡ ਗ੍ਰਾਂ ਚ ਉਹ ਕਿਸੇ ਨੇ ਨਹੀਂ ਕੀਤਾ ਸਾਨੂੰ ਸਾਰਿਆਂ ਦਰਕਿਨਾਰ ਕੀਤਾ ਸਿਰਫ ਇੱਕ ਕੰਮ ਕੀਤਾ ਤੋਂ ਥੋੜੇ ਜਿਹਾ ਕਾਂਗਰਸ ਪਾਰਟੀ ਨੇ ਸਾਡੇ ਕੰਮ ਕੀਤੇ ਨੇ ਮੈਂ ਗੱਲ ਕਰਾਂ 2006 ਦੀ ਜਿਸ ਟਾਈਮ ਚੌਧਰੀ ਲਾਲ ਸਿੰਘ ਜੀ MP ਥੇ ਉਹ ਪਹਿਲੇ ਮਿਨਿਸਟਰ ਹੋਏ ਨੇ ਜਿਹਨੇ ਬਾਰਡਰ ਦਾ ਦੌਰਾ ਕੀਤਾ ਔਰ ਤਾਰ ਕੀ ਇੱਥੋਂ ਦਾ ਚੇਂਜ ਕੀਤਾ ਅੱਜ ਤੱਕ ਕੋਈ ਮਾਧਵ ਲਾਲ ਐਸਾ ਨੇਤਾ ਨਹੀਂ ਹੋਇਆ ਔਰ ਉਹਦੇ ਬਾਅਦ ਮੈਂ ਤੁਹਾਨੂੰ ਆਖਣਾ ਚਾਹਾਂਗਾ ਕਿ ਜਿਹੜੇ ਵੀ ਸਾਡੇ ਰੋਡ ਸਨ 1971 ਦੇ ਸਾਰੀ ਇੱਟੇ ਵਾਲੀ ਸੜਕ ਸੀ ਉਹ ਵੀ ਸਾਰੇ ਕਾਂਗਰਸ ਪਾਰਟੀ ਦੇ MLA ਬਣੇ ਤਰੋਤਰਾ ਸਾਹਿਬ ਉਹਨਾਂ ਵਿਚਾਰਿਆਂ ਨੇ ਲੁੱਕ ਪਾਈ ਮਗਰ ਅੱਜ ਰੀਬਨ ਕੱਟਣਾ ਦੇ ਆ ਰਿਹਾ ਹੈ ਲੁੱਕ ਪਾਈ ਉੱਪਰ ਤੇ ਕਾਪੀ ਤਾਂ ਕੋਈ ਵੀ ਕਰਾ ਸਕਦਾ ਮਗਰ ਜਿਹਨੇ ਤਰੋਤਰਾ ਸਾਹਿਬ ਨੇ ਸਾਰੀ ਲੁੱਕ ਪਾਈ ਬਾਕੀ ਮੈਂ ਆਖਣਾ ਚਾਹਾਂਗਾ ਸਾਡਾ ਇੱਕ ਪਿੰਡ ਸਾਈਡ 'ਚ ਹੈ ਸਾਨੂੰ ਉੱਥੇ ਚੌਧਰੀ ਸਾਹਿਬ ਬੜੀਆਂ ਪ੍ਰੋਬਲਮਾਂ ਤੁਸੀਂ ਦੇਖੀ ਲਿਆ ਇੱਕ ਇੱਥੇ BSF ਦਾ ਪੋਸਟ ਵੀ ਹੈ ਆਰਮੀ ਵੀ ਮੈਕਸੀਮ ਉੱਥੇ ਰਹਿੰਦੀ ਹੈ ਸਾਡਾ ਇੱਕ ਰੋਡ ਜਿਹੜਾ ਨਿੱਕੀ ਵਾਲੀ ਗਲੀ ਆ ਉਸੀ ਰੋਡ ਕੀ ਜਦੋਂ ਵੀ ਕੋਈ ਤੁਸੀਂ ਮਿਨਿਸਟਰ 'ਚ ਬਣੀਆਂ ਆਉਂਦੇ ਹੋ ਉਸੀ ਰੋਡ ਕੀ ਸਾਰਿਆਂ ਨਾਲ ਪਹਿਲਾਂ ਜਿੱਥੇ ਮਿੰਨੀ ਪਾਂਸ ਹੈ ਉੱਥੋਂ ਤੱਕ ਜਿਹੜਾ ਇਹ ਰੋਡ ਸਾਡਾ ਡੇਢ ਕਿਲੋਮੀਟਰ ਦਾ ਤਕਰੀਬਨ ਬਣਦਾ ਉਸੇ ਥੋੜ੍ਹਾ ਜਿਹਾ ਕਮ ਸੇ ਕਮ ਉਸੀ 12 ਫੁੱਟ ਤੱਕ ਕਰਾਇਆ ਜਾਏ ਚੌੜਾ ਬਾਕੀ ਸਾਰੇ ਪਿੰਡ 'ਚ ਅੱਜ ਤੱਕ ਕੋਈ ਵੀ ਪੀਣੇ ਦਾ ਪਾਣੀ ਦੀ ਸਾਧਨ ਨਹੀਂ ਹੈ ਇੱਕ ਵੀ ਬੋਰਵੈਲ ਨਹੀਂ ਹੈ ਸਾਡੇ ਪਿੰਡ ਲੱਗਿਆ ਕਿਸੇ ਵੀ ਪਾਰਟੀ ਨੇ ਲਗਾਇਆ ਉਹ ਬੋਰਵੈਲ ਦੀ ਮੈਂ ਇੱਕ ਰਿਕੁਐਸਟ ਕਰਾਂਗਾ ਬਾਕੀ ਤੁਹਾਨੂੰ ਸਾਰੇ ਹੀ ਪਤਾ ਹੈ ਕਿ ਇਸ ਪਾਰਟੀ ਨੇ ਜਿਹੜੀ ਮੌਜੂਦਾ ਸਰਕਾਰ ਹੈ ਇਹਨੇ ਸਾਨੂੰ ਕੁਛ ਨਹੀਂ ਦਿੱਤਾ ਸਿਰਫ ਸਾਨੂੰ ਦਿੱਤੀ ਤੇ ਬੇਰੁਜ਼ਗਾਰੀ ਦਿੱਤੀ ਅੱਜ ਇਸ ਪਿੰਡ ਦਾ ਇੱਕ ਵੀ ਬੱਚਾ ਰੁਜ਼ਗਾਰ ਪਰ ਨਹੀਂ ਹੈ ਸਾਡੇ ਬਾਰਡਰ ਦੇ ਲੋਕ ਜ਼ੀਰੋ ਲਾਈਨ ਪਰ ਜਿਵੇਂ ਸਾਡੀ ਆਰਮੀ ਤੇ BSF ਰੱਖਿਆ ਕਰਾ ਰਹੀ ਆ ਇਹ ਅਸ ਲੋਕ ਉਹ ਤੁਸ ਲੋਕ ਹੀ ਪਾਰਟੀ ਰੱਖਿਆ ਕਰਾ ਦਿਓ ਲੇਕਿਨ ਜਿੰਨੀ ਸੁਵਿਧਾ ਸਾਨੂੰ ਲੋਕ ਮਿਲਣੀ ਚਾਹੀਦੀ ਉਨੀ ਸੁਵਿਧਾ ਸਾਨੂੰ ਨਹੀਂ ਮਿਲੀ ਸਾਡੇ ਕੋਲ ਪਹਿਲਾਂ ਅਤਿਆਚਾਰ ਸਾਡੇ ਲੋਕ ਪਰ ਇਹ ਹੋਇਆ ਕਿ 47 ਦੇ ਬਾਅਦ ਜਿਹੜੇ ਸਾਡੇ ਲੋਕ ਬਜ਼ੁਰਗ ਜ਼ਮੀਨਾਂ ਆਬਾਦ ਕੀਤੀਆਂ ਉਹਦੀਆਂ ਗੁਰਦੋਰੀ ਔਰ ਇੰਤਕਾਲ ਕੈਂਸਲ ਕਰ ਦਿੱਤੇ ਗਏ ਜਿਹੜੀ ਸਪੈਸ਼ਲ ਭਰਤੀ ਦਾ ਵਾਅਦਾ ਕੀਤਾ ਹਾ ਕਿ ਸਪੈਸ਼ਲ ਗੌਰਮੈਂਟ ਔਰ ਨਵੀਂ ਬਟਾਲੀਨਾਂ ਮੋਦੀ ਸਾਹਿਬ ਨੇ ਵਾਅਦਾ ਕੀਤਾ ਕਿ ਬਟਾਲੀਨ ਖੜੀ ਕਰਕੇ ਅਸ ਕੋਈ ਵੀ ਬਟਾਲੀਨ ਇੱਥੇ ਖਤਰ ਖੜੀ ਨਹੀਂ ਕੀਤੀ ਗਈ ਕਿਸਾਨੀ ਦੀ ਬੁਰੀ ਹਾਲਤ ਹੈ ਕੋਈ ਕੰਪਨਸੇਸ਼ਨ ਕੋਈ ਮੁਆਵਜ਼ਾ ਬਾਰਡਰ ਲਾਈਨ ਪਰ ਲੋਕ ਨਹੀਂ ਮਿਲਿਆ ਸਾਡੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸਾਡੇ ਲੋਕਲ ਨੇ ਔਰ ਕਾਂਗਰਸ ਪਾਰਟੀ ਤੁਸੀਂ ਜਾਣਦੇ ਹੋ ਕਾਂਗਰਸ ਪਾਰਟੀ ਇੱਕ ਪਾਰਟੀ ਹੁੰਦੀ ਇੱਕ ਵਿਚਾਰਧਾਰਾ ਇੱਕ ਸੋਚ ਹੈ ਇਸੇ ਸੋਚ ਨੇ ਦੇਸ਼ ਹੀ ਆਜ਼ਾਦ ਕਰਵਾਇਆ ਇਸੇ ਸੋਚ ਨੇ ਦੇਸ਼ ਹੀ ਤਰੱਕੀ ਲਿਆਂਦੀ ਔਰ ਦੇਸ਼ ਦੇ ਬੜੇ ਬੜੇ ਇੰਸਟੀਟਿਊਸ਼ਨ ਬਣਾਏ ਔਰ ਸਾਡੀ ਪਾਰਟੀ ਵਚਨਬੱਧ ਹੈ ਕਿ ਤੁਹਾਡੇ ਲੋਕਾਂ ਦੀ ਖਿਦਮਤ ਕਰੇਗਾ ਔਰ ਸੇਵਾ ਕਰੇਗਾ 2014 ਦੀ ਇਲੈਕਸ਼ਨ ਹੈ ਬੜਾ ਸੋਹਣਾ ਵਾਅਦਾ ਕੀਤਾ
ਸਾਬਕਾ ਸਾਲ ਸਾਬਕਾ ਵਿਕਾਸ ਔਰ ਅੱਛੇ ਦਿਨ ਦਾ। ਔਰ ਮੈਂ ਤੁਹਾਨੂੰ ਮੋਟੀ ਮੋਟੀ ਗੱਲ ਚਾਰ ਗੱਲਾਂ ਦੱਸਣਾ ਕਿ ਸਾਡੇ ਅੱਛੇ ਦਿਨ ਕਿਹਾ ਆਏ ਨੇ। ਜਿਹੜਾ ਸਿਲੰਡਰ ਸਾਨੂੰ 400 ਦਾ ਮਿਲਦਾ ਹਾਂ, ਅੱਜ 1000 ਦਾ ਮਿਲਾ ਲਾ। ਜਿਹੜਾ ਰੇਤਾ ਦੇ ਬਜ਼ਰੀ ਸਾਨੂੰ 1000-1500 ਜਾਂ 2000 ਦੇ ਰੇਤਾ ਮਿਲਦਾ, ਅੱਜ 5-5000 ਦਾ ਮਿਲਾ ਲਾ। ਗੱਡੀ ਦੀ ਰਜਿਸਟ੍ਰੇਸ਼ਨ ਫੀਸ 60-70 ਹਜ਼ਾਰ ਰੁਪਏ ਹੋਈ। ਦਵਾਈਆਂ ਮਹਿੰਗੀਆਂ, ਇਲਾਜ ਮਹਿੰਗਾ, ਹਰ ਚੀਜ਼ ਜਿਹੜੀ ਹੈ ਮਹਿੰਗੀ ਹੋਈ ਹੈ। ਇਹ ਸਾਡੇ ਲੋਕਾਂ ਪਰ ਅੱਛੇ ਦਿਨ ਆਏ ਨੇ। ਅੱਛੇ ਦਿਨ ਆਉਂਦੇ ਆਏ ਨੇ ਜਿਹੜੇ ਆਪਣੇ ਦਫ਼ਤਰ ਖੋਲ੍ਹ ਲਏ, ਆਲੀਸ਼ਾਨ ਬੰਗਲੇ ਬਣਾਏ ਆਪਣੇ, ਅਡਾਨੀ ਬਾਣੀ ਦੇ ਅੱਛੇ ਦਿਨ ਆਏ ਨੇ। ਸਾਡੀ ਪਾਰਟੀ ਨੇ 6 ਗਰੰਟੀਆਂ ਦਿੱਤੀਆਂ ਨੇ। ਹੁਣ ਜਿਹੜਾ ਅਸੈਂਬਲੀ ਸਾਡੀ ਸਰਕਾਰ ਬਣਨੀ ਹੈ ਇੰਡੀਅਨ ਅਲਾਇੰਸ ਦੀ, ਆਯੁਸ਼ਮਾਨ ਕਾਰਡ ਜਿਹੜਾ ਪਿਛਲੇ ਸਾਲ ਮਹੀਨੇ ਬੰਦ ਹੋਈ ਆ, 5 ਲੱਖ ਰੁਪਏ ਦਿੰਦੇ, ਸਾਡੀ ਸਰਕਾਰ 25 ਲੱਖ ਰੁਪਏ ਦੇ ਆ ਰਹੀ ਹੈ। ਕੋਈ ਵੀ ਲੇਡੀਜ਼ ਹੈ ਹੈਡ ਆਫ ਦੀ ਫੈਮਿਲੀ, ਉਸੀ ਸਾਡੀ ਸਰਕਾਰ 36,000 ਰੁਪਇਆ ਸਾਲ ਦਾ ਦਿਆ ਰਹੀ। 36,000 ਰੁਪਇਆ ਸਾਲ ਦਾ ਅਗਰ ਬੱਕਰੇ ਬੱਕਰੇ ਰਾਸ਼ਨ ਕਾਰਡ ਨੇ ਤੇ ਬੱਕਰੇ ਬੱਕਰੀ ਲੇਡੀ 36,000 ਰੁਪਏ ਮਿਲਣਾ। ਇਹ 2-2 ਹਜ਼ਾਰ ਰੁਪਏ ਸਾਨੂੰ ਕਿਸਾਨ ਨਹੀਂ ਦਿੰਦੇ ਨੇ। ਔਰ ਅਸਲ ਉਹ ਬੜੇ ਖੁਸ਼ ਹੋਣਗੇ, ਮੋਦੀ ਸਾਹਿਬ ਸਾਨੂੰ 6,000 ਰੁਪਏ ਦਿਆ ਰਹੇ ਸਾਲ ਦਾ। ਔਰ ਕੱਢਦੇ ਕਿੰਨਾ ਪਤਾ, 50,000 ਰੁਪਇਆ ਅੱਜ ਫੈਮਿਲੀ, ਹਰ ਫੈਮਿਲੀ, ਹਰ ਕਿਸਾਨ ਕੋਲ ਨਿਕਲਾ ਟੈਕਸ ਦੇ ਰੂਪ, ਚਾਹੇ ਉਹ ਹੈਲ ਹੋਵੇ, ਚਾਹੇ ਖਾਦ ਹੋਵੇ, ਚਾਹੇ ਬੀਜ ਹੋਵੇ, ਚਾਹੇ ਉਹ ਰੋਜ਼ਮਰਾ ਚੀਜ਼ਾਂ ਹੋਣ, 50,000 ਰੁਪਇਆ ਅਕਸਰ ਸਾਡੇ ਕੋਲ ਲੋਕਾਂ ਪਰ ਬੋਝ ਪਾਈ ਦਿੱਤਾ ਗਿਆ। ਇਹ ਸਾਡੇ ਲੋਕਾਂ ਪਰ ਕੰਮ ਹੋਵਾ ਦੇਣਾ। ਸਾਡੀ ਪਾਰਟੀ ਨੇ ਇੱਕ ਹੋਰ ਕੀਤਾ ਕਿ 5,000,000 ਰੁਪਇਆ ਲੋਨ, ਕੁਸਾ ਵੀ ਮਾਂ ਭੈਣ ਸਾਡਾ ਭਰਾ ਕੰਮ ਕਰੇਗਾ, 5,00,000 ਰੁਪਇਆ ਅਸੀਂ ਬਗੈਰ ਇੰਟਰਸਟ ਦੇ ਦੇ। ਅੱਜ 5-5 ਕਿਲੋ ਰਾਸ਼ਨ ਲਈ ਅਸੀਂ ਵਾਹ ਵਾਹ ਲੁੱਟਾਂ ਨੇ ਆ, ਇਹ 5-5 ਕਿਲੋ ਸਾਨੂੰ ਰਾਸ਼ਨ ਵੀ ਲਗਾ, ਖੰਡ ਸਾਡੀ ਖਤਮ ਕਰੀ ਉੜੀ। ਔਰ ਸਾਡੀ ਸਰਕਾਰ, ਜੇ ਸਾਡੀ ਸਰਕਾਰ ਬਣਨੀ ਹੈ 100% ਲਿਖ ਲਓ ਕਿ ਕਾਂਗਰਸ ਔਰ NCC ਸਰਕਾਰ ਬਣਾ ਰਹੀ ਹੈ। ਅਗਰ ਤੁਸੀਂ ਰਕੇਸ਼ ਚੌਧਰੀ ਜਿਤਾਈਏ ਭੇਜਿਆ ਉਹ ਮੰਤਰੀ ਬਣਨਾ ਹੈ। ਔਰ ਸਾਡੀ ਸਰਕਾਰ ਜਿਹੜੀ ਕਰਾ ਰਹੀ ਹੈ ਇੱਕ ਬੜਾ ਵੱਡਾ ਕੰਮ, 11 ਕਿਲੋ ਰਾਸ਼ਨ ਦੇ ਆ ਰਹੀ, 11 ਕਿਲੋ ਰਾਸ਼ਨ, ਔਰ ਖੰਡ ਵੀ ਕਿੰਨਾ ਕਿੰਨਾ ਦੇ ਆ ਰਹੀ। ਪਹਿਲਾਂ 42 ਸਾਨੂੰ ਖੰਡ ਮਿਲਦੀ, ਹੁਣ ਮਿਲਦੀ 35 ਕਿਲੋ ਰਾਸ਼ਨ ਮਿਲਦਾ। ਫਿਰ ਕਿਹਾ ਭਾਰਤੀ ਜਨਤਾ ਪਾਰਟੀ ਵੋਟ ਦੇਣਾ, ਇੱਕ ਵੀ ਵੋਟ ਆਏ ਬਠੂਆ ਵਾਸੀ ਮੇਰੇ ਗ੍ਰਾਮ ਵਾਸੀ ਨੇ, ਇੱਕ ਵੀ ਵੋਟ BJP ਨਹੀਂ ਜਾਣਾ ਚਾਹੀਦਾ, ਜਾਣਾ ਚਾਹੀਦਾ। ਸਾਡਾ ਬੱਚਾ, ਸਾਡੇ ਬੱਚੇ ਅੱਜ ਤਬਾਹ ਔਰ ਬਰਬਾਦ ਕਰ ਦਿੱਤੇ ਗਏ ਆ ਨਸ਼ੇ ਵਿੱਚ। ਪਿਛਲੇ ਦਿਨ ਡਾਟਾ, 8 ਮਹੀਨੇ 'ਚ 150 ਬੱਚਾ ਚਿੱਟੇ ਗਿਣਾ ਮਰੀਆ। ਪਹਿਲੇ ਲੋਕ ਸਾਡੇ ਕੋਲ ਰੋਜ਼ਗਾਰ ਟਰੈਕਟਰ ਟਰਾਲੀ ਰੱਖੀ ਹੁੰਦੀ, ਬਾਅਦ ਚਲਾਉਂਦਾ ਹਾਂ, ਦਰਿਆ ਜਾਂਦਾ ਟਰਾਲੀ ਦਿੱਤਾ ਪੈਂਦਾ, ਅੱਜ ਉਹਦੇ ਵਿੱਚ ਜੁਰਮਾਨਾ ਕਰ ਦਿੱਤਾ ਗਿਆ, ਕੋਈ ਟਰੈਕਟਰ ਆਪਣਾ ਕਿਸ਼ਤਾਂ ਨਹੀਂ ਦੂਰ ਨਿਕਲਾ ਰਹੀਆਂ। ਇਹ ਸਾਡੇ ਲੋਕਾਂ ਪਰ ਹੋਇਆ। ਔਰ ਸਾਡੀ ਪਾਰਟੀ ਨੇ ਜਿਹਾ ਤੇਲੰਗਾਨਾ ਔਰ ਛੱਤੀਸਗੜ੍ਹ ਕੀਤਾ, ਇੱਥੇ ਸਾਰੇ ਕਿਸਾਨ ਨੇ ਵੀ ਪਤਾ, ਜਿਹਦੇ ਵੀ ਕਮਾ ਜ਼ਮੀਨ ਆ ਜਾਂ 2 ਕਮਾ ਜ਼ਮੀਨ ਹੈ, ਤੁਸੀਂ 15,000 ਰੁਪਇਆ ਕਮਾ ਦੇਣਾ ਹੀ ਦੇਣਾ, ਚਾਹੇ ਫਸਲ ਹੋਇਆ ਚਾਹੇ ਨਾ ਹੋਇਆ, ਚਾਹੇ ਮਿਲਣਾ ਚਾਹੀਦਾ ਨਹੀਂ ਮਿਲਣਾ ਚਾਹੀਦਾ, ਕਿਉਂਕਿ ਕਿਸਾਨੀ ਅੱਜ ਘਾਟਿਆ ਸੋਦਾ ਵੀ ਪਤਾ, ਨਾ ਕੋਈ ਤਾਂ ਸਾਧਨ ਇਰੀਗੇਟਡ ਦਾ, ਨਾ ਕੋਈ ਪਾਣੀ ਲੱਗਦਾ, ਔਰ ਜ਼ਮੀਨਾਂ ਰਾਰ ਪਸਾਰ ਫਸਲਾਂ ਸਾਡੀ ਲੋਕ ਤਬਾਹ ਹੁੰਦੀਆਂ ਔਰ ਕੁਛ ਨਹੀਂ ਸਾਨੂੰ ਮਿਲਦਾ। ਬਜ਼ੁਰਗਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਗਈ, ਸਾਡੀ ਮਾਤਾ ਇਹ ਭੈਣਾਂ ਬਜ਼ੁਰਗ ਦਫ਼ਤਰਾਂ ਹੀ ਆਨਲਾਈਨ ਕਰਦੇ ਗਏ ਕਿ ਬਰਥ ਸਰਟੀਫਿਕੇਟ ਲਿਆਓ, ਜਿਹੜੀ 80-90 ਸਾਲ ਦੀ, ਕੁੱਤੋਂ ਬਰਥ ਸਰਟੀਫਿਕੇਟ ਲਿਆਉਣਾ, 1,000 ਰੁਪਇਆ ਪੈਨਸ਼ਨ। ਔਰ ਸਾਡੀ ਸਰਕਾਰ ਉਸੀ ਜਿਹੜੀ ਪੈਨਸ਼ਨ ਹੈ 3,000 ਰੁਪਇਆ ਕਰਨੇ ਜਾ ਰਹੀ ਹੈ, ਤਾੜੀਆਂ ਮਾਰੋ। ਤੋ ਇਹ ਮੇਰਾ ਆਖਣਾ ਮਕਸਦ ਹੈ ਕਿ ਸਾਡੇ ਲੋਕਲ ਉਮੀਦਵਾਰ, ਸਾਡੇ ਲਾਗੇ ਦੇ ਔਰ ਸਾਡੇ ਬਾਰਡਰ ਦੇ ਉਮੀਦਵਾਰ ਨੇ, ਔਰ ਇਹ ਕਾਮਯਾਬ ਤੁਸੀਂ ਕਰਨਾ, ਇਹ ਤੁਹਾਡੇ ਹੱਥ ਗੱਲ ਹੈ ਕਿ ਬਾਹਰੀ ਵੋਟੇ ਕਿੰਨਾ, ਜਿੰਨਾ ਵੀ ਵੋਟ ਹੈ, ਇੱਕ ਵੀ ਵੋਟ
ਬਾਹਰ ਨਹੀਂ ਜਾਣਾ। ਜਿਹੜਾ ਆਖਦਾ ਵੀ ਬੀਜੇਪੀ ਵੋਟ ਪਾਣਾ ਉਹਦੇ ਸਾਡੇ ਨਾਲ ਗੱਲ ਕਰਾਓ, ਰਕੇਸ਼ ਉਹਦੇ ਨਾਲ ਗੱਲ ਕਰਾਓ ਕਿ ਕਿਹਾ ਜਾਣਾ ਚਾਹੀਦਾ ਬੀਜੇਪੀ ਦੇ ਬਾਹਰ। ਇੰਨਾ ਅਤਿਆਚਾਰ, ਬਿਜਲੀ ਦਾ ਬਿੱਲ 100 ਰੁਪਇਆ 50 ਰੁਪਏ, ਅੱਜ 800,000 ਹੋਗਾ ਟੂਸਾ ਵਾਲਾ ਬਿੱਲ, ਔਰ ਬਿਜਲੀ ਸਾਡੀ ਲੋਕਲ ਪੈਦਾ ਹੋ ਰਹੀ। ਸਾਡੀ ਸਰਕਾਰ ਨੇ ਇਹ ਵੀ ਕਰਨਾ ਕਿ ਬਿਜਲੀ 200 ਹਾਰਸ ਪਾਵਰ ਦੀ ਬਿਜਲੀ ਮੁਫ਼ਤ, 200 ਉਹਦੇ ਬਾਅਦ ਕੋਈ ਕਿਰਾਇਆ ਨਹੀਂ ਲੱਗਾ। ਲੇਕਿਨ ਤੁਹਾਨੂੰ ਸਰਕਾਰ ਚੇਂਜ ਕਰਨੀ ਪਈ ਹੈ। ये इलेक्शन का प्रचार चल रहा है, ये सभी जानते हैं, और हम डोर टू डोर भी करते हैं और मीटिंगें भी कर रहे हैं, दिन रात चले हुए हैं, तो लोगों का बहुत सहयोग मिल रहा है, माता बहनों का, बुजुर्गों का, साथियों का बहुत प्यार मिल रहा है जी। और उन्हीं के सहारे, माता बहनों के सहारे, बुजुर्गों के सहारे हम चल रहे हैं। तो 29 तारीख को हमारी एक रैली है जो लोगों ने नाम रखा है उसका आशीर्वाद रैली, वो हमारी दशहरा ग्राउंड में होगी। तो सभी लोगों को अपील भी की है कि आप सभी लोग वहाँ पे आएँ उस रैली में, तो ये भी अपील की है कि आप सभी लोग हमें वोट दिलाएं। और 10 दिन का टाइम है, 10 दिन में आप जहाँ जहाँ आपके रिश्तेदारी है, रिलेशन है, वहाँ सभी जगह फ़ोन करें और इस भाई को ढेर सारे वोट दिलवाएँ ताकि हम कामयाब हो सकें, जीत सकें। और जीत के बॉर्डर पे जो मसले हैं, जो हमारे लोग आज भी परेशान हैं, कोई ऐसी स्कीम या कोई ऐसी इन्होंने व्यवस्था नहीं की है बॉर्डर में। आज आप बॉर्डर पे आके खुद देखें कि बॉर्डर वाले लोग क्या कह रहे हैं, आप उनसे पूछें कि कहां कहां कमी है। अगर अगर लाइट का कट अगर हमारे उधर है तो बॉर्डर पे भी है। ऐसी कोई फैसिलिटी नहीं है एक्स्ट्रा, जिसको बोलते हैं स्पेशल कुछ देना, स्पेशल आज तक बॉर्डर को कुछ नहीं दिया गया है। वो भी जो उनकी ज़मीन है, वो भी खेती बाड़ी जो करते हैं, वो आगे जाके कर रहे हैं। कल हम भविया में गए थे, लोंडी में गए थे, वहाँ भी लोगों ने कहा है कि हमारा कंपनसेशन था, हमारा पैसा था, आज तक हमें नहीं मिला। वो कई बार डिस्सब से मिले हैं, डिपकम से मिले हैं, तो कई बार जो हमारे जहाँ के PMO साहब हैं उनसे भी मिले थे, लेकिन कारण क्या है, उनको पैसे क्यों नहीं मिल रहे हैं, वो उस पर विस्तार से बात होगी, तो उस बात को सुन के हम आगे बात रखेंगे। तो क्या देखा है, देखो अगर एक एक भाई अपना रेडी फड़ी का काम करता है या लेबर का काम करता है, जब लेबर का काम करता है उसने मेहनत करके अपने बच्चों को पढ़ाई करवाई, ट्रेनिंगें भी करवाई, जब बच्चे ने ग्रेजुएशन कर ली फिर वो फार्म लगाता है, महीने में 3 फार्म उसके लग रहे हैं, फार्म लगने के बाद उसको सर्विस नहीं मिल रही है, नौकरी नहीं मिल रही है। जब उसको नौकरी नहीं मिलेगी, जो बापू का काम है रेडी फड़े वाले का, जहाँ अखबार बेचने का, वो उसका बेटा कैसे करेगा? क्योंकि जब बेटे जहाँ, तो बेटे को पढ़ाई नहीं ना नहीं करवाते तो वो अपने उसके साथ लग जाता तो ठीक था। रठुआ के गांव के लोगों के लिए क्या काम करेंगे जब आप जीत जाएंगे? देखिए जी, बॉर्डर पे गाँव है, बॉर्डर पे सबसे पहले एक तो मैं कहता हूँ कि बॉर्डर सर्टिफिकेट होना बहुत ज़रूरी है, क्योंकि काफ़ी देर पहले बॉर्डर सर्टिफिकेट होता था। बॉर्डर सर्टिफिकेट होना इसलिए ज़रूरी है कि जब बच्चे हमारे कहीं भी भर्ती के लिए जाएं तो उनको छूट मिल सके। उसके साथ साथ बॉर्डर सर्टिफिकेट, डोरा सर्टिफिकेट भी ज़रूरी है, साथ में जो EWS बन रहा है हमारा, वो सेंटर का बना रहे हैं, स्टेट का नहीं बना रहे हैं, खास करके इनका बॉर्डर वालों का। मैं चाहता हूँ वो भी इनका बनना चाहिए, वो भी बनना चाहिए। साथ में इनके रोड देखे हैं हमने, रोड देखे हैं, अब लिंक रोड हैं अंदर आने के लिए, कम से कम रोड बड़े हों, कोई लाइटिंग सिस्टम हो और लाइट 24 घंटे चले, ताकि लोग भी, लोगों को भी राहत हो, लोग भी अच्छी तरह से चलें। लेकिन
बॉर्डर पे मैं ये कहता हूँ कि एक भर्ती, एक नहीं दो तीन भर्तियाँ होनी चाहिए, क्योंकि बहुत सारे हमारे भाई आज भी जो ओवरेज हो चुके हैं, क्यों? क्योंकि इन्होंने नौकरी कोई दी नहीं। और बॉर्डर पे भर्ती होना बहुत ज़रूरी है, चाहे वो आर्मी की हो, चाहे वो अपनी बेल्ट फोर्स पुलिस की नौकरी हो, वो बहुत ज़रूरी हुई है, ज़रूरी है। अगर नहीं हुई तो जो लोग बचा रहे हैं इनका रहना बहुत मुश्किल है, क्योंकि रोज़गार नहीं है। साफ सी बात है, रोज़गार है ही नहीं, बिना रोज़गार के घर नहीं चलता है, जो सभी को पता है। लेकिन रोज़गार सरकारें क्यों नहीं दे रही हैं, क्यों नहीं देना चाहती, क्या कारण है? आज भी जो डाकिया हमारे पोस्ट ऑफिस में लगे हैं, बाहर के लगे हैं, ये सारी बातें हैं जो करने वाली हैं, लेकिन हम करेंगे, इसके लिए हम लड़ेंगे। क्या देखते हैं जो जहाँ पे सीमावर्ती क्षेत्र के जो लोग हैं, पहले उनको स्पेशल पैकेज दिया जाता था कोई 3200 के करीब, लेकिन आज डेट में बंद कर दिया सरकार ने, क्या देखते हैं? देखो सर, पैकेज कैसे मिलेगा? कोई बंदा अच्छा बन के जाए, वो अपने लोगों की बात रखे, वो लोगों के बीच से जाए, उसको पता है कि हमारे लोगों को क्या तकलीफ है, मेरी माता बहन क्या चाहती है, मेरा बुजुर्ग क्या चाहता है, मेरा बॉर्डर इलाका क्या चाहता है, बॉर्डर इलाके में क्या क्या कमियां, उन लोगों से बैठ के बात की जाती है कि बताओ जी क्या चाहिए, हम क्या दे रहे हैं, आपको क्या चाहिए, फिर जाके बात आगे टेबल पे रखी जाए, फिर जाके काम बनता है। जे जहाँ आते ही नहीं है, के पास वोट लेने का एक ही मुद्दा है, अगर वो भी रोजगार की बात करें तो फिर उनका ध्यान इधर आएगा, फिर उनको परेशानी भी होगी कि बाकी ही लोग तकलीफ में हैं तो लोगों को देना चाहिए, फिर जब उनको तकलीफ होगी तो वो बात रखेंगे, उनको पता है कि लोग बिना